2 hours before dawn, parachute regiment will land on the Golden Temple, after which they will go to Darshini Deodi and conquer the Akal Takht. ਜਦੋਂ ਅਸੀਂ ਟੀ ਵੀ ਸੀਰੀਜ਼ ਐਂਡ ਦੇ ਆਕਿਊਪਾਈਡ ਮੀ ਬਣਾਉਣ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਸਾਧਨਾਂ ਦੀ ਅਸੀਂ ਵਿਉਂਤਮਤੀ ਦੇ ਉੱਤੇ ਜ਼ੋਰ ਦਿੱਤਾ ਕਿ ਅਸੀਂ ਇਹ ਸਾਰਾ ਕੁਝ ਮੈਨੇਜ ਕਿਵੇਂ ਕਰਾਂਗੇ, ਕਿਉਂਕਿ ਜਦੋਂ ਹਾਲੀਵੁੱਡ ਦੇ ਵਿੱਚ ਕੰਮ ਹੁੰਦਾ ਜਾਂ ਹਾਲੀਵੁੱਡ ਦੇ ਵਿੱਚ ਇਹ ਸਾਰਾ ਕੁਝ ਇਸ ਨੂੰ ਐਗਜੀਕਿਊਟ ਕੀਤਾ ਜਾਂਦਾ, ਕੋਈ ਫਿਲਮ ਬਣਦੀ ਹੈ ਜਾਂ ਟੀ ਵੀ ਸੀਰੀਜ਼ ਬਣਦਾ, ਉਹਦੇ 'ਚ ਕੀ ਹੈ ਕਿ ਉਹਨਾਂ ਕੋਲ ਇਨਫਰਾਸਟਰਕਚਰ ਬਹੁਤ ਜ਼ਿਆਦਾ ਵੱਡੇ ਹੁੰਦੇ ਨੇ, ਪੈਸੇ ਦੀ ਕਮੀ ਨਹੀਂ ਹੁੰਦੀ, ਸਾਰਾ ਕੁਛ ਉਹ ਇਸ ਤਰੀਕੇ ਦੇ ਨਾਲ ਮਤਲਬ ਐਗਜੀਕਿਊਟ ਕਰਦੇ ਨੇ। ਸਾਡੇ ਕੋਲ ਨਾ ਤਾਂ ਕੋਈ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਕੋਈ ਇਸ ਤਰ੍ਹਾਂ ਦਾ ਸੀਗਾ ਕੋਈ ਸਲਾਹ ਦੇਣ ਵਾਲਾ, ਅਤੇ ਸਾਡੇ ਕੋਲ ਕੀ ਸੀ, ਰਾਅ ਮਟੀਰੀਅਲ ਸੀ, ਸਾਡੇ ਕੋਲ ਸਟੋਰੀ ਸੀ, ਸਾਡੇ ਕੋਲ ਅਸੀਂ ਫਿਰ ਸਕਰੀਨ ਪਲੇ ਚ ਕਨਵਰਟ ਕੀਤਾ ਉਹਨੂੰ, ਸਟੋਰੀ ਨੂੰ, ਸਾਰੇ ਕਰੈਕਟਰਸ ਨੂੰ ਉਸ ਤਰ੍ਹਾਂ ਵਿਉਂਤਬੰਧ ਕਰਕੇ ਲੜੀਵਾਰ ਤਰੀਕੇ ਦੇ ਨਾਲ ਸੀਨ ਲਿਖੇ ਗਏ, ਸਕਰੀਨ ਦੇ ਉੱਤੇ ਅਸੀਂ ਦਿਖਾਉਣਾ ਕੀ ਆ ਉਹ ਲਿਖਿਆ, ਅਤੇ ਉਹਦੇ ਤੋਂ ਬਾਅਦ ਸਾਡੇ ਕੋਲ ਫਾਈਨਾਂਸ ਦੀ ਪ੍ਰੋਬਲਮ ਆਈ, ਉਹ ਮਸਲਾ ਹੱਲ ਹੋਇਆ, ਅਤੇ ਸਾਡੇ ਕੋਲ ਫਿਰ ਜਿਹੜੇ ਕਰਿਊ ਹੁੰਦਾ ਸਾਰਾ ਸਕਰੀਨ 'ਤੇ ਦਿਖਣ ਵਾਲੇ ਹੁੰਦੇ ਨੇ, ਐਕਟਰਸ ਹੁੰਦੇ ਨੇ, ਫਿਰ ਪਿੱਛੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ, ਕੈਮਰਾਮੈਨ ਹੋ ਗਿਆ, ਲਾਈਟਮੈਨ ਹੋ ਗਏ, ਉਹ ਟੀਮ ਹੁੰਦੀ ਹੈ ਬਹੁਤ ਵੱਡੀ ਇੱਕ, ਇਹਨਾਂ ਦਾ ਇੰਤਜ਼ਾਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਸੀ। ਸੋ ਇਹ ਜਦੋਂ ਅਸੀਂ ਜੂਨ 1984 ਜਿਸ ਨੂੰ ਅਸੀਂ ਤੀਜਾ ਘੱਲੂਕਾਰਾ ਕਹਿੰਦੇ ਹਾਂ, ਜਦੋਂ ਉਸਦੀ ਪੇਸ਼ਕਾਰੀ ਦੀ ਗੱਲ ਆਉਂਦੀ ਹੈ, ਪਰਦੇ ਦੇ ਉੱਤੇ ਦਿਖਾਉਣਾ ਹੁੰਦਾ ਜਾਂ ਸਾਡੀ ਨਵੀਂ ਪੀੜ੍ਹੀ ਨੂੰ ਅਸੀਂ ਦੱਸਣੀ ਹੈ ਸਟੋਰੀ ਕਹਾਣੀ ਕਿ ਇਤਿਹਾਸ ਦੇ ਉਹ ਵਰਕੇ ਕਿਵੇਂ ਦੇ ਨੇ ਅਤੇ ਉਹਨਾਂ ਦੇ ਉੱਤੇ ਕੀ ਉੱਕਰ ਗਏ ਨੇ ਸਾਡੇ ਸ਼ਹੀਦ ਹੋਏ ਸਿੰਘ, ਤਾਂ ਉਦੋਂ ਫਿਰ ਕਾਫੀ ਮੈਂ ਕਹਿੰਦਾ ਕਿ ਆਮ ਜਿਹੜੇ ਮੇਨ ਸਟ੍ਰੀਮ ਦੇ ਫਿਲਮ ਮੇਕਰ ਨੇ ਪੰਜਾਬੀ ਦੇ ਜਾਂ ਮਤਲਬ ਉਹ ਸੋਚਦੇ ਨਹੀਂ ਹੈਗੇ ਇਸ ਪੱਧਰ ਦੇ ਉੱਤੇ, ਕਿਉਂਕਿ ਉਹ ਕਹਿੰਦੇ ਕਿ ਅਸੀਂ ਕਰ ਨਹੀਂ ਸਕਦੇ ਹੈਗੇ, ਕਿਉਂਕਿ ਨਾ ਤਾਂ ਉਹਨਾਂ ਕੋਲ ਰਿਸਰਚ ਆ ਨਾ ਉਹਨਾਂ ਦੀ ਭਾਵਨਾ ਹੈਗੀ ਆ, ਅਤੇ ਜੇ ਉਹਨਾਂ ਨੇ ਥੋੜ੍ਹਾ ਬਹੁਤਾ ਕੰਮ ਕੀਤਾ ਮਤਲਬ ਕਹਾਂਗਾ ਕਿ ਬਾਲੀਵੁੱਡ ਵਾਲਿਆਂ ਨੇ, ਤਾਂ ਉਹ ਨੈਗੇਟਿਵ ਪੱਖੋਂ ਕੀਤਾ, ਉਹਨਾਂ ਨੇ ਸਾਨੂੰ ਗਲਤ ਢੰਗ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਡੇ ਵੱਲੋਂ ਜਾਂ ਸਾਡਾ ਜਿਹੜਾ ਸਿਨੇਮਾ ਹੈਗਾ, ਅਸੀਂ ਪੰਜਾਬੀ ਦਾ ਅਸੀਂ ਸਾਡਾ ਸਿਨੇਮਾ ਤਾਂ ਹਾਲੇ ਬਣਿਆ ਨਹੀਂ, ਬਣ ਰਿਹਾ, ਉਹਦੇ 'ਚ ਇਹ ਸਾਡੇ ਲਈ ਇੱਕ ਵੱਡੀ ਗੱਲ ਸੀ ਕਿ ਇੱਕ ਤਾਂ ਅਸੀਂ ਪਹਿਲੇ ਹਾਂ ਜਿਹੜੇ 38 ਸਾਲ ਦੇ ਵਿੱਚ ਆਪਣੀ ਵੇਦਨਾ, ਆਪਣੀ ਦਰਦ ਦੀ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਸੋ ਉਹਦੇ 'ਚ ਫਿਰ ਸਾਡੇ ਕੋਲ ਕੋਈ ਮਾਰਗਦਰਸ਼ਨ ਨਹੀਂ ਸੀ ਇਸ ਫੀਲਡ ਦੇ ਵਿੱਚ। ਹਾਂ ਠੀਕ ਹੈ, ਮੈਂ ਆਪਣੇ ਤੌਰ ਦੇ ਉੱਤੇ ਸਕਰੀਨ ਰਾਈਟਿੰਗ ਦਾ ਮੈਂ ਪੜ੍ਹਾਈ ਕੀਤੀ ਹੋਈ ਸੀ, ਡਿਪਲੋਮਾ ਕੀਤਾ ਹੋਇਆ ਸੀ, ਮੈਨੂੰ ਉਹ ਚੀਜ਼ਾਂ ਦਾ ਪਤਾ ਸੀ, ਜਾਂ ਮੈਂ ਕੁਛ ਪੰਜਾਬੀ ਸਿਨੇਮੇ ਦੇ ਨਾਲ ਜੁੜੇ ਲੋਕਾਂ ਦੇ ਨਾਲ ਜੁੜਿਆ ਹੋਇਆ ਸੀ, ਮੈਨੂੰ ਪਤਾ ਸੀ ਕਿਸ ਤਰੀਕੇ ਨਾਲ ਕਿਵੇਂ ਹੁੰਦਾ, ਜਾਂ ਦਿੱਲੀ ਦੇ ਵਿੱਚ ਜਿੰਨਾ ਸਮਾਂ ਮੈਂ ਰਿਹਾ, ਜਾਂ NST ਦੀ ਥੀਏਟਰ ਰੈਪਰੇਟਰੀ ਦੇ ਨਾਲ ਜੁੜਿਆ ਰਿਹਾ, ਮੈਨੂੰ ਉਸ ਪੱਧਰ ਤੱਕ ਪਤਾ ਸੀ, ਜਾਂ ਮੈਂ ਪਟਿਆਲੇ ਕੁਛ ਟਾਈਮ ਹਰਪਾਲ ਟਿਵਾਣੇ ਨਾਲ ਰਿਹਾ ਤਾਂ ਉਹ ਕਿਵੇਂ ਕੰਮ ਕਰਦੇ ਸੀ ਜਾਂ ਉਹ ਐਕਟਰਾਂ ਨੂੰ ਕਿਵੇਂ ਤਿਆਰ ਕਰਦੇ ਸੀ, ਉਹ ਸਾਰਾ ਉਸ ਪੱਧਰ ਤੱਕ ਤਾਂ ਪਤਾ ਸੀ, ਪਰ ਕਿਸੇ ਪ੍ਰੋਜੈਕਟ ਨੂੰ ਆਪਣੇ ਪੱਧਰ ਦੇ ਉੱਤੇ ਇਸ ਤਰ੍ਹਾਂ ਐਗਜੀਕਿਊਟ ਕਰਨਾ, ਇਹਨੂੰ ਅੱਗੇ ਤੱਕ ਲੈ ਕੇ ਜਾਣਾ, ਇਹ ਕੰਮ ਪਤਾ ਨਹੀਂ ਕਿਵੇਂ ਵਾਹਿਗੁਰੂ ਨੇ ਕਰਾ ਲਿਆ, ਪਰ ਜੇ ਅੱਜ ਅਸੀਂ ਪਿੱਛੇ ਜਾ ਕੇ ਸੋਚਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ 'ਚੋਂ ਆਪਾਂ ਲੰਘੇ ਕਿਵੇਂ, ਬਹੁਤ ਜ਼ਿਆਦਾ ਮੁਸ਼ਕਲ ਹੈ। ਸੋ ਦੂਜੀ ਖਾਸ ਕਰਕੇ ਜਦੋਂ ਤੁਸੀਂ USA ਦੇ ਵਿੱਚ ਇਹ ਕੰਮ ਕਰਨਾ ਹੋਵੇ ਤਾਂ ਨੈਚੁਰਲੀ ਹੈ ਕਿ ਇੱਥੇ ਜਦੋਂ ਤੁਸੀਂ ਸੋਚਣਾ ਸ਼ੁਰੂ ਕਰਤਾ ਨਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਬਣਾਉਣਾ, ਤਾਂ ਸਮਝੋ ਤੁਹਾਡਾ ਮੀਟਰ ਚੱਲਣ ਲੱਗ ਪਿਆ, ਉਦੋਂ ਹੀ ਤੁਹਾਡੀ ਜੇਬ ਢਿੱਲੀ ਹੋਣੀ ਸ਼ੁਰੂ ਹੋ ਗਈ, ਉਦੋਂ ਹੀ ਉਦੋਂ ਤੁਹਾਡੀ ਜੇਬ ਦੇ ਵਿੱਚੋਂ ਜਿਹੜਾ ਹੈ ਪੈਸਾ ਮਨੀ ਆ ਉਹ ਪਾਣੀ ਵਾਂਗੂ ਚੱਲਣ ਲੱਗ ਜਾਂਦਾ। ਸੋ ਇਹ ਨਾਲ ਨਾਲ ਅਸੀਂ ਬਰਕਰਾਰ ਰੱਖਣਾ ਸੀ। ਸਾਡੀ ਖੁਸ਼ਕਿਸਮਤੀ ਰਹੀ ਕਿ ਸਾਡੇ ਨਾਲ ਬਹੁਤ ਸਾਰੇ ਜਿਹੜੇ ਐਕਟਰ ਸੀ ਜਾਂ ਸਪੋਰਟ ਕਰਨ ਵਾਲੇ ਸੀ ਨਾਲ ਪ੍ਰੋਡਕਸ਼ਨ ਦੇ ਦੌਰਾਨ, ਤਾਂ ਉਹਨਾਂ ਨੇ ਵਲੰਟੀਅਰਲੀ ਸਿੱਖ ਹੋਣ ਦੇ ਨਾਤੇ ਉਹ ਭਾਵਨਾਤਮਕ ਤੌਰ ਦੇ ਉੱਤੇ ਜਿਹੜੀ ਸਾਡੀ ਸਾਂਝ ਆ ਉਹਦੇ ਮੱਦੇਨਜ਼ਰ ਸਾਡਾ ਸਾਥ ਦਿੱਤਾ, ਸਾਡੇ ਨਾਲ ਜੁੜੇ, ਸਾਡੇ ਨਾਲ ਕੰਮ ਕੀਤਾ, ਉਹਦੇ ਨਾਲ ਸਾਡਾ ਬਜਟ ਜਿਹੜਾ ਸੀ ਕਾਫੀ ਹੱਦ ਤੱਕ ਜਿਹੜਾ ਸਹੀ ਰਿਹਾ।
ਸੋ ਉਸ ਤੋਂ ਬਾਅਦ ਸਾਨੂੰ ਚੁਣੌਤੀਆਂ ਆਈਆਂ। ਜਦੋਂ ਅਸੀਂ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਸ ਸਮੇਂ ਦੇ ਕੱਪੜੇ ਲੈਣੇ, ਉਸ ਤਰੀਕੇ ਦਾ ਮਾਹੌਲ ਤਿਆਰ ਕਰਨਾ, ਅਸੀਂ ਦਰਬਾਰ ਸਾਹਿਬ ਜਾ ਨਹੀਂ ਸੀ ਸਕਦੇ, ਅੰਮ੍ਰਿਤਸਰ ਜਾ ਨਹੀਂ ਸੀ ਸਕਦੇ, ਪੰਜਾਬ 'ਚ ਅਸੀਂ ਸ਼ੂਟਿੰਗ ਕਰ ਨਹੀਂ ਸੀ ਸਕਦੇ, ਕੋਵਿਡ ਸੀ। ਕੋਵਿਡ ਤੋਂ ਵੀ ਵੱਡੀ ਇਹ ਗੱਲ ਸੀ ਕਿ ਵਿਸ਼ਾ ਸੀ ਜਿਹੜਾ ਬਹੁਤ ਸੈਂਸਿਟਿਵ ਸੀ, ਸਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਸੀ ਦੇਣੀ ਅਤੇ ਉਹ ਵੈਰੀ ਮੱਚ ਕਲੀਅਰ ਸੀ। ਸੋ ਅਸੀਂ ਕੋਸ਼ਿਸ਼ ਨਹੀਂ ਕੀਤੀ ਸਮਾਂ ਖਰਾਬ ਕਰਨ ਨਾਲੋਂ, ਅਸੀਂ ਕਿਹਾ ਕਿ ਅਸੀਂ ਇੱਥੇ ਹੀ ਕਰਦੇ ਹਾਂ ਸਾਰਾ ਕੁਛ। ਉਹਦੇ 'ਚ ਫਿਰ ਅਸੀਂ ਜਦੋਂ ਸ਼ੁਰੂ ਕੀਤਾ, ਅਰਦਾਸ ਕੀਤੀ, ਫਿਰ ਸਾਰੇ ਸਿੰਘਾਂ ਨੇ, ਕੁਛ ਸਿੰਘ ਸੀ ਅਤੇ ਕੁਛ ਫਿਲਮ ਮੇਕਿੰਗ ਦੇ ਨਾਲ ਜੁੜੇ ਹੋਏ ਲੋਕ ਸੀ ਜਿਹੜੇ, ਚਲੋ ਉਹ ਵੀ ਉਹਨਾਂ 'ਤੇ ਵੀ ਕੁਛ ਨਾ ਕੁਛ ਤਾਂ ਅਸਰ ਹੋਇਆ ਹੀ ਹੋਊਗਾ ਅਰਦਾਸ ਦਾ। ਜਦੋਂ ਸਮੂਹਿਕ ਰੂਪ 'ਚ ਅਸੀਂ ਕੀਤੀ ਤਾਂ ਵਾਹਿਗੁਰੂ ਅੱਗੇ ਅਸੀਂ ਪ੍ਰਾਰਥਨਾ ਕੀਤੀ ਕਿ ਸਾਨੂੰ ਕਾਮਯਾਬੀ ਬਖਸ਼ੀ ਜਾਏ। ਅਤੇ ਵੱਡੀ ਗੱਲ ਇਹ ਹੈ ਕਿ ਅਸੀਂ ਅਰਦਾਸ ਦੇ ਵਿੱਚ ਕਹਿ ਹੋ ਗਿਆ, ਮੇਰੇ ਕੋਲੋਂ ਮੈਂ ਹੀ ਅਰਦਾਸ ਕੀਤੀ ਸੀ ਕਿ ਸਾਨੂੰ ਡਾਲਰਾਂ ਦੀ ਜਿਹੜੀ ਚਮਕ ਦਮਕ ਹੈ ਜਾਂ ਡਾਲਰਾਂ ਦੀ ਜਿਹੜੀ ਚਾਹਤ ਹੈ ਉਹਦੇ ਤੋਂ ਵਾਹਿਗੁਰੂ ਸੁਰਖਰੂ ਰੱਖੀ ਕਿ ਅਸੀਂ ਉਸ ਚੱਕਰ 'ਚ ਨਹੀਂ, ਅਸੀਂ ਕਮਾਈ ਦੇ ਲਈ ਇਹ ਕਾਰਜ ਨਹੀਂ ਕਰ ਰਹੇ। ਸੋ ਚੰਗੀ ਗੱਲ ਵੀ ਹੋਈ, ਉਹਦਾ ਦੇਰ ਤੱਕ ਅਸਰ ਵੀ ਰਿਹਾ ਸਾਡੇ 'ਤੇ, ਹੈਗਾ ਹੁਣ ਵੀ, ਕਿ ਅਸੀਂ ਉਸ 3-13 ਦੇ ਚੱਕਰ ਦੇ ਵਿੱਚ ਨਹੀਂ ਪਏ। ਜਦੋਂ ਅਸੀਂ ਚੋਣ ਕੀਤੀ, ਹੁਣ ਐਕਟਰਾਂ ਦੀ ਗੱਲ ਕਰੀਏ, ਐਕਟਰਾਂ ਦੀ ਚੋਣ ਕੀਤੀ ਤਾਂ ਜਿਹਨੂੰ ਪਤਾ ਲੱਗਾ ਕਿ ਅਸੀਂ ਬਹੁਤ ਇੱਕ ਵੱਡਾ ਪ੍ਰੋਜੈਕਟ ਕਰਨ ਜਾ ਰਹੇ ਹਾਂ ਤਾਂ ਹਰ ਇੱਕ ਬੰਦੇ ਨੇ ਖੁਸ਼ੀ ਖੁਸ਼ੀ ਸਾਨੂੰ ਹਾਂ ਕੀਤੀ ਕਿ ਹਾਂ ਅਸੀਂ ਕੰਮ ਕਰਨ ਲਈ ਤਿਆਰ ਹਾਂ, ਭਾਵੇਂ ਉਹ ਬਾਲੀਵੁੱਡ ਤੋਂ ਸੀ, ਬੰਬੇ ਤੋਂ ਸੀ, ਜਾਂ ਇੱਥੋਂ ਅਮਰੀਕਾ ਤੋਂ ਸੀ। ਜਿਹੜੇ ਇੰਡੀਅਨ ਐਕਟਰ ਅਮਰੀਕਾ ਰਹਿੰਦੇ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ, ਉਹਨਾਂ ਨੇ ਵੀ ਯੈਸ ਕਰ ਦਿੱਤੀ। ਸੋ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਵੰਗਾਰ ਸੀ ਉਦੋਂ ਸ਼ੁਰੂ ਹੋ ਗਈ ਜਦੋਂ ਸਾਡੀ ਅਸਿਸਟੈਂਟ ਡਾਇਰੈਕਟਰ ਸ਼ੇਨ ਵਾਂਗ ਨੇ ਗਲਤੀ ਨਾਲ ਕਹਿ ਲਓ ਜਾਂ ਭੋਲੇਪਣ 'ਚ ਕਹਿ ਲਓ, ਸਾਰਿਆਂ ਨੂੰ ਜਿਹੜੀ ਸਕ੍ਰਿਪਟ ਸੀ ਉਹ ਮੇਲ ਕਰਤੀ, ਪੂਰੀ ਪੂਰੀ ਸਕ੍ਰਿਪਟ ਮੇਲ ਕਰਤੀ। ਦਰਅਸਲ ਇੱਕ ਪਾਰਟ ਮੇਲ ਕਰਨਾ ਹੁੰਦਾ, ਜਿਹੜਾ ਰੋਲ ਜਿਹਦਾ ਜਿੰਨਾ ਹੈਗਾ, ਜਿਹਦੇ ਜਿੰਨੇ ਡਾਇਲੋਗ ਹੈਗੇ ਨੇ ਉਹਨੇ ਮੇਲ ਕਰਨੇ ਹੁੰਦੇ ਨੇ। ਸੋ ਉੱਥੋਂ ਜਦੋਂ ਉਹਨਾਂ ਨੇ ਸਕ੍ਰਿਪਟ ਪੜ੍ਹੀ, ਸਕ੍ਰਿਪਟ ਤਾਂ ਕਾਫੀ ਇੰਟਰਸਟਿੰਗ ਸੀ ਅਤੇ ਨੈਚੁਰਲੀ ਬੰਦਾ ਕਹਿੰਦਾ ਕਿ ਮੇਰਾ ਤਾਂ ਮੈਨੂੰ ਕਰੈਕਟਰ ਪਤਾ ਲੱਗ ਗਿਆ ਕਿ ਮੈਂ ਹੁਣ ਦੂਜਿਆਂ ਦਾ ਵੀ ਪੜ੍ਹਾਂ। ਸੋ ਜਦੋਂ ਉਹਨਾਂ ਨੇ ਬਾਕੀ ਸਕ੍ਰਿਪਟ ਪੜ੍ਹੀ ਤਾਂ ਉਹਨਾਂ ਨੇ ਇੱਕ ਇੱਕ ਕਰਕੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਅਸੀਂ ਤਾਂ ਇਹ ਪ੍ਰੋਜੈਕਟ ਨਹੀਂ ਕਰਾਂਗੇ। ਅਸੀਂ ਕੋਈ ਨਾ ਕੋਈ ਬਹਾਨਾ ਲਾਇਆ ਕਿਸੇ ਨੇ ਕਿ ਨਹੀਂ ਮੇਰਾ ਕੋਈ ਹੋਰ ਪ੍ਰੋਜੈਕਟ, ਪਰ ਮੈਂ ਸਮਝ ਗਿਆ ਸੀ ਕਿ ਕਿਸ ਗੱਲੋਂ ਇਹ ਜਵਾਬ ਦੇ ਰਹੇ ਨੇ। ਅਤੇ ਜਿਹੜੀ ਇੰਦਰਾ ਗਾਂਧੀ ਦਾ ਰੋਲ ਕਰਨਾ ਸੀ ਬੀਬੀ ਬੋਂਬੇ ਤੋਂ, ਪਹਿਲਾਂ ਤਾਂ ਉਹਨੇ ਕਿਹਾ ਕਿ ਮੈਂ ਜਿਹੜਾ ਮਿਹਨਤ ਆ ਨਾ ਆਪਣਾ, ਜਿਹੜੀ ਮੈਂ ਆਪਣੀ ਫੀਸ ਹੈ ਆਪਣੀ, ਉਹਨੇ ਬਹੁਤ ਜ਼ਿਆਦਾ ਵਧਾ ਦਿੱਤੀ ਵੀ ਮੈਂ ਤਾਂ ਜੀ $1,00,000 ਲਵਾਂਗੇ। ਸੋ ਉਹ ਬਹਾਨਾ ਸੀ ਉਸਦਾ। ਸੋ ਅਸੀਂ ਕਰ ਕਰਾ ਕੇ ਜਦੋਂ ਸਾਨੂੰ ਪਤਾ ਲੱਗਿਆ ਕਿ ਗੱਲ ਤਾਂ ਕੁਛ ਹੋਰ ਹੈ, ਜਦੋਂ ਅਸੀਂ ਕਹਿ ਦਿੱਤਾ ਉਹਨੂੰ ਕਿ ਠੀਕ ਆ ਅਸੀਂ ਦੇਣ ਲਈ ਤਿਆਰ ਹਾਂ, ਉਹਨੇ 5 ਮਿੰਟ ਬਾਅਦ ਫੋਨ ਕਰਕੇ ਕਿਹਾ ਕਿ ਨਹੀਂ ਮੈਂ ਕੰਮ ਕਰਨਾ ਹੀ ਨਹੀਂ ਇਹ ਪ੍ਰੋਜੈਕਟ, ਕਹਿੰਦੀ ਕਿ ਵੀ ਐਂਟਾਈ ਇੰਡੀਅਨ ਕੁਛ ਇੱਦਾਂ ਦੀ ਗੱਲ ਕੀਤੀ ਉਹਨੇ। ਸੋ ਅਸੀਂ ਸਮਝ ਗਏ ਫਿਰ, ਅਤੇ ਇੱਕ ਬੰਦਾ ਮਤਲਬ ਐਕਟਰ ਸੀ ਜਿਸਨੇ ਜਨਰਲ ਅਰੁਣ ਵੈਦਿਆ ਦਾ ਰੋਲ ਕਰਨਾ ਸੀ, ਉਹਨੇ ਤਾਂ ਸਿੱਧਾ ਹੀ ਕਹਿਤਾ, ਕਹਿੰਦਾ ਕਿ ਮੈਂ RSS ਦਾ ਵਰਕਰ ਹਾਂ, ਅਤੇ ਠੀਕ ਹੈ ਐਕਟਰ ਹਾਂ ਪਰ ਮੈਂ RSS ਦਾ ਵਰਕਰ ਹਾਂ ਅਤੇ ਮੈਂ ਇਹ ਰੋਲ ਨਹੀਂ ਕਰ ਸਕਦਾ ਹੈਗਾ, ਮੈਂ ਇਹ ਰੋਲ ਨਹੀਂ ਕਰਨਾ ਹੈਗਾ। ਕਲੀਅਰ ਕੱਟ ਕਹਿਤਾ ਵੀ ਜਿਹੜਾ ਅਖੰਡ ਭਾਰਤ ਦੇ ਸਾਡੇ ਏਜੰਡੇ ਦੇ ਖਿਲਾਫ ਜਾਊਗਾ ਵੀ ਅਸੀਂ ਉਹ ਰੋਲ ਨਹੀਂ ਕਰਨਾ ਹੈਗਾ। ਤਾਂ ਮੈਂ ਉਹਦਾ ਥੈਂਕ ਯੂ ਵੀ ਕੀਤਾ, ਮੈਂ ਕਿਹਾ ਵੀ ਬੜੇ ਸਪਸ਼ਟਤਾ ਦੇ ਨਾਲ ਤੂੰ ਇਹ ਗੱਲ ਦਾ ਜਵਾਬ ਦਿੱਤਾ ਵੀ ਤੇਰਾ ਥੈਂਕ ਯੂ, ਨਹੀਂ ਤਾਂ ਜੇ ਤੂੰ ਅੰਦਰੋਂ ਅੰਦਰੀ ਰੱਖ ਲੈਂਦਾ ਗੱਲ ਤਾਂ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ। ਹੁਣ ਸਾਨੂੰ ਪਤਾ ਤਾਂ ਲੱਗ ਗਿਆ ਨਾ ਕਿ ਅਸੀਂ ਕਿੰਨੇ ਕੁ ਪਾਣੀ 'ਚ ਕਿੱਥੇ ਕੁ ਖੜ੍ਹੇ ਹਾਂ। ਅਤੇ ਅੱਗੇ ਚੱਲ ਕੇ ਫਿਰ ਸਾਨੂੰ ਕਾਫੀ ਮਿਹਨਤ ਕਰਨੀ ਪਈ, ਆਪਣੇ ਐਕਟਰ ਤਿਆਰ ਕਰਨੇ ਪਏ ਅਤੇ ਕੁਛ ਨਵੇਂ ਐਕਟਰ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਫਿਲਮ ਲਾਈਨ ਦੇ ਵਿੱਚ ਇਸਟੈਬਲਿਸ਼ ਹੋਣ ਦੀ, ਉਹਨਾਂ ਨੂੰ ਰੋਲ ਚਾਹੀਦੇ ਹੁੰਦੇ ਨੇ, ਉਹਨਾਂ ਤੱਕ ਪਹੁੰਚ ਕੀਤੀ, ਹਾਲੀਵੁੱਡ 'ਚ ਪਹੁੰਚ ਕੀਤੀ। ਹਾਲੀਵੁੱਡ 'ਚ ਬਹੁਤ ਸਾਰੇ ਐਕਟਰ ਨੇ, ਉਹਨਾਂ ਨੇ ਕੰਮ ਕੀਤਾ, ਫਿਰ ਉਹਨਾਂ ਤੋਂ ਕਰਵਾਇਆ ਅਸੀਂ ਕੰਮ ਕੈਲੀਫੋਰਨੀਆ ਦੇ ਵਿੱਚ, ਬੇ ਏਰੀਏ ਦੇ ਵਿੱਚ ਕਾਫੀ ਸਾਡਾ ਟੈਲੈਂਟ ਹੈਗਾ, ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਵੀ ਕੰਮ ਕੀਤਾ। ਅਸ਼ੋਕ ਟਾਂਗਰੀ ਦੀ ਗੱਲ ਕਰਦਾ ਮੈਂ, ਉਹਨਾਂ ਨੇ ਦਿਲੋਂ ਕੰਮ ਕੀਤਾ, ਕਹਿੰਦੇ ਵੀ ਇੰਨਾ ਜ਼ਬਰਦਸਤ ਮਤਲਬ ਤੁਸੀਂ ਪ੍ਰੋਜੈਕਟ ਲੈ ਕੇ ਆਏ ਹੋ। ਅਸ਼ੋਕ ਟਾਂਗਰੀ ਜੀ ਕਹਿੰਦੇ ਵੀ ਮੈਂ ਰੋਲ ਜ਼ਰੂਰ ਕਰਨਾ, ਉਹਨਾਂ ਨੇ ਸਾਥ ਵੀ ਦਿੱਤਾ, ਕਹਿੰਦੇ ਵੀ ਇਹ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਲਈ ਮੈਂ ਰੋਲ ਨਾ ਕਰਾਂ ਇਹ ਕਿਵੇਂ ਹੋ ਸਕਦਾ ਹੈ ਨਾ। ਸੋ ਇਸੇ ਤਰ੍ਹਾਂ ਮਲਕੀਤ ਮੀਤ ਬਹੁਤ ਵਧੀਆ ਬੰਦਾ, ਫਿਲਮ ਲਾਈਨ ਦੇ ਵਿੱਚ ਉਸਨੂੰ ਚੋਖਾ ਤਜ਼ਰਬਾ,
ਤੇ ਮਲਕੀਤ ਮੀਤ ਨੇ ਵੀ ਇਹੀ ਗੱਲ ਕਿਹਾ ਵੀ ਮੈਂ ਇਹ ਪ੍ਰੋਜੈਕਟ ਦਿਲੋਂ ਕਰਨਾ ਚਾਹੁੰਦਾ। ਉਹਨਾਂ ਨੇ ਹਰ ਜਿਹੜੇ ਕੋਸ਼ਿਸ਼ ਕਰਕੇ ਇਸ ਨੂੰ ਨੇਪਰੇ ਚਾੜਨ ਦੀ ਸਾਡਾ ਮਦਦ ਕੀਤੀ, ਸਾਡਾ ਸਾਥ ਦਿੱਤਾ ਉਹਨਾਂ ਨੇ, ਤੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਉਹਨਾਂ ਨੇ ਆਰਐਨ ਕਾਓ ਦੀ ਭੂਮਿਕਾ ਵੀ ਨਿਭਾਈ ਆ ਮਲਕੀਤ ਨੇ, ਤੇ ਇਸੇ ਤਰ੍ਹਾਂ ਅਸ਼ੋਕ ਟਾਂਗਰੀ ਨੇ ਜਿਹੜਾ ਰੋਲ ਕੀਤਾ ਹਰਕਿਸ਼ਨ ਸਿੰਘ ਸੁਰਜੀਤ ਦਾ ਕੀਤਾ। ਸੋ ਇਸ ਤਰੀਕੇ ਨਾਲ ਅਸੀਂ ਮੈਨੇਜ ਕਰ ਲਿਆ। ਫਿਰ ਅੱਗੇ ਚੱਲ ਕੇ ਕੀ ਹੈ ਕਿ ਮੈਨੂੰ ਉਮੀਦ ਸੀ ਕਿ ਸਾਡਾ ਜਿਹੜਾ ਐਕਸਟਰਾਜ਼ ਨੇ ਨਾ, ਜਿੰਨੇ ਲੜਾਈ 'ਚ ਲੜਨ ਵਾਲੇ ਸਿੰਘ, ਉਹ ਅਸੀਂ ਮੈਨੇਜ ਕਰ ਲਵਾਂਗੇ। ਮੈਨੂੰ ਦੂਜਾ ਫਿਕਰ ਸੀ ਵੱਡਾ, ਅਤੇ ਪਰ ਇੱਥੇ ਕੀ ਹੋਇਆ ਕਿ ਵੀ ਇੱਥੇ ਵੱਡੀ ਗਿਣਤੀ 'ਚ ਸਿੱਖ ਹੈਗੇ ਨੇ, ਅਤੇ ਮੈਂ ਮੈਨੇਜ ਕਰ ਲਵਾਂਗਾ, ਸਾਰਿਆਂ ਨੂੰ ਬੁਲਾ ਲਵਾਂਗਾ, ਅਤੇ ਸਾਰੇ ਉਹ ਜਿਹੜੇ ਫਾਈਟ ਦੇ ਸੀਨ ਨੇ ਜਾਂ ਜਿਹੜੇ ਸਿੰਘਾਂ ਦੇ ਕੁਛ ਭਾਵਪੂਰਤ ਜਜ਼ਬਾਤੀ ਕਰ ਦੇਣ ਵਾਲੇ ਸੀਨ ਸੀਗੇ ਵੀ ਆਪਣੇ ਸਿੰਘ ਹੋ ਜਾਣਗੇ, ਆ ਜਾਣਗੇ ਸਾਡੇ ਬੰਦੇ, ਉੱਥੇ ਕੰਮ ਉਲਟਾ ਹੋਇਆ ਵੀ ਜਿਹੜੇ ਤਾਂ ਰੋਲ ਨਾ ਕਰਨ ਵਾਲੇ ਸੀ ਦਿੱਲੀ ਵਾਲੀ ਸਾਈਡ 'ਤੇ ਸੀ, ਉਹ ਤਾਂ ਅਸੀਂ ਮੈਨੇਜ ਕਰ ਲਏ ਸੌਖੇ ਹੀ ਫਿਰ। ਅਤੇ ਪਰ ਸਾਡੇ ਸਿੰਘ ਮਤਲਬ ਕਾਫੀ ਵਿਚਾਰੇ ਰੋਜ਼ ਰੋਜ਼ ਟਰੱਕ ਚਲਾਉਣ ਵਾਲੇ ਸੀ ਜਾਂ ਹੋਰ ਉਹਨਾਂ ਦੇ ਆਪਣੇ ਕੰਮ ਧੰਦੇ ਸੀ, ਸੋ ਉਹਨਾਂ ਨੂੰ ਮੈਨੇਜ ਕਰਨਾ ਔਖਾ ਆ ਗਿਆ। ਉਹ ਕਹਿੰਦੇ ਕਿ ਅਸੀਂ ਸ਼ਨੀ ਐਤਵਾਰ ਤਾਂ ਆ ਸਕਦੇ ਹਾਂ, ਅਸੀਂ ਵੀਕਡੇਜ਼ 'ਚ ਨਹੀਂ ਆ ਸਕਦੇ। ਉਹਦੇ ਨਾਲ ਸਾਨੂੰ ਕਾਫੀ ਜੂਝਣਾ ਪਿਆ, ਸਾਨੂੰ ਉਹ ਕਾਫੀ ਸਮੱਸਿਆ ਆਈ, ਅਤੇ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਕਿ ਜਦੋਂ ਤੁਸੀਂ ਟੀ ਵੀ ਸੀਰੀਜ਼ ਦੇਖ ਲਓਗੇ ਜਾਂ ਜਦੋਂ ਤੁਸੀਂ ਸਵਾਲ ਪੁੱਛੋਗੇ ਇੱਥੇ ਆਹ ਕਿਵੇਂ ਹੋਇਆ, ਇਹ ਸੀਨ ਨੂੰ ਤੁਸੀਂ ਕਿਵੇਂ ਪਿਕਚਰਾਈਜ਼ ਕੀਤਾ, ਅਤੇ ਇੱਥੇ ਇਹ ਸਿੰਘ ਦਾ ਰੋਲ ਕਿਵੇਂ ਆ, ਉਹ ਫਿਰ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗੇ। ਹੁਣ ਤੁਸੀਂ ਇਸ ਨੂੰ ਉਹ ਕਰ ਸਕਦੇ ਹੋ। ਅੱਗੇ ਸਾਡੀ ਗੱਲ ਮਤਲਬ ਜਦੋਂ ਕਹਾਣੀ ਜਿਵੇਂ ਜਿਵੇਂ ਅਸੀਂ ਸ਼ੂਟ ਕਰਦੇ ਗਏ, ਸੀਨ ਦੇ ਅੱਗੇ ਕਿੰਨੇ ਸ਼ਾਟ ਹੁੰਦੇ ਨੇ ਉਹ ਉਸ ਤਰੀਕੇ ਨਾਲ ਤਕਰੀਬਨ ਜਿਹੜੀ ਆਮ ਫਿਲਮ ਮੇਕਿੰਗ ਹੁੰਦੀ ਹੈ ਜਾਂ ਟੀ ਵੀ ਸੀਰੀਜ਼ ਬਣਦੇ ਨੇ ਬਾਲੀਵੁੱਡ ਜਾਂ ਹਾਲੀਵੁੱਡ ਦੇ, ਉਹਦੇ 'ਚ ਦੋ ਸੀਨ, ਇੱਕ ਜਾਂ ਦੋ ਸੀਨ ਸ਼ੂਟ ਹੁੰਦੇ ਨੇ ਰੋਜ਼, ਅਤੇ ਉਹਦੇ 'ਚ ਬਹੁਤ ਮਿਹਨਤ ਕਰਦੇ ਨੇ, ਰੀਟੇਕ ਬਹੁਤ ਲੈਂਦੇ ਨੇ ਉਹ। ਪਰ ਸਾਡੀ ਗੁਰੂ ਮਹਾਰਾਜ ਦੀ ਸਾਡੇ 'ਤੇ ਕਿਰਪਾ ਇੰਨੀ ਸੀ ਕਿ ਅਸੀਂ ਇੱਕ ਦਿਨ 'ਚ 6-6 ਸੀਨ ਵੀ ਅਸੀਂ ਸ਼ੂਟ ਕੀਤੇ ਇੱਕ ਦਿਨ ਦੇ ਵਿੱਚ। ਅਤੇ ਵੈਸੇ ਅਸੀਂ ਨੋਰਮਲ 4-5 ਸੀਨ ਅਸੀਂ ਸ਼ੂਟ ਕਰ ਲੈਂਦੇ ਸੀ, 4-5 ਸੀਨ ਅਸੀਂ ਰੋਜ਼ ਸ਼ੂਟ ਕਰਦੇ ਸੀ। ਪਰ ਕਈ ਵਾਰ ਸਾਨੂੰ ਸਮੱਸਿਆ ਆਉਂਦੀ ਸੀ ਕਿ ਜਿਵੇਂ ਕੋਈ ਕਲਾਕਾਰ ਨਹੀਂ ਆਇਆ ਜਾਂ ਕੋਈ ਮੌਕੇ 'ਤੇ ਆ ਕੇ, ਕਈ ਵਾਰੀ ਹੁੰਦਾ ਤਾਂ ਉਹ ਜਵਾਬ ਦੇ ਜਾਂਦਾ ਸੀ ਕਿ ਨਹੀਂ ਮੈਂ ਇਹ ਰੋਲ ਨਹੀਂ ਕਰਨਾ, ਤਾਂ ਉਦੋਂ ਵੀ ਅਸੀਂ ਇੱਕ ਅੱਧਾ ਸੀਨ ਤਾਂ ਕਰ ਹੀ ਲੈਂਦੇ ਸੀਗੇ, ਬਾਕੀ ਦਾ ਸਾਡਾ ਮੀਟਰ ਜਿਹੜਾ ਡਾਲਰਾਂ ਦਾ ਸੀ ਚੱਲਦਾ ਰਹਿੰਦਾ ਸੀ, ਪਰ ਅਸੀਂ ਇੱਕ ਅੱਧਾ ਸੀਨ ਸ਼ੂਟ ਕਰ ਹੀ ਲੈਂਦੇ ਸੀ। ਜਦੋਂ ਸਾਡੇ ਕੋਲ ਜਿਹੜੀ ਸਕ੍ਰਿਪਟ ਸੀ ਉਹ ਤਕਰੀਬਨ ਅਸੀਂ ਨੇੜੇ ਤੇੜੇ ਪਹੁੰਚ ਗਏ ਸੀ, ਬਹੁਤ ਸਾਰੇ ਸੀਨ ਜਿਵੇਂ ਸਾਡੇ ਰਹਿ ਗਏ, ਜਿਵੇਂ ਉਹਦੇ 'ਚ ਅਕਾਲੀ ਲੀਡਰਸ਼ਿਪ ਦਾ ਕੀ ਰੋਲ ਆ ਜਾਂ ਉਹ ਕਿੱਥੇ ਸੀ ਉਸ ਵੇਲੇ, ਕਿਉਂਕਿ ਤੇਜਾ ਸਿੰਘ ਸਮੁੰਦਰੀ ਹਾਲ ਸੀ, ਗੁਰੂ ਰਾਮਦਾਸ ਸਰਾਂ ਸੀ, ਗੁਰੂ ਨਾਨਕ ਨਿਵਾਸ ਸੀ, ਉੱਧਰਲੇ ਪਾਸੇ ਦੇ ਜਿਹੜੇ ਮੋਰਚੇ ਸੀ ਉਹ ਵੀ, ਅਤੇ ਉੱਧਰਲੇ ਪਾਸੇ ਜਿਹੜੀ ਗੱਲਬਾਤ ਹੋ ਰਹੀ ਸੀ ਲੀਡਰਾਂ ਦੇ ਵਿੱਚ ਜਾਂ ਫੌਜ ਦੇ ਨਾਲ ਆਪਸ ਦੇ ਵਿੱਚ ਜਾਂ ਦਿੱਲੀ ਗੌਰਮੈਂਟ ਦੇ ਨਾਲ, ਉਹ ਅਸੀਂ ਜਿਹੜਾ ਸਾਡਾ ਅਗਲਾ ਸੀਜ਼ਨ ਹੋਏਗਾ ਜਾਂ ਵਾਹਿਗੁਰੂ ਨੇ ਸਾਨੂੰ ਬਲ ਬਖਸ਼ਿਆ ਜਾਂ ਕਿਰਪਾ ਕੀਤੀ ਤਾਂ ਉਸ ਤਰੀਕੇ ਨਾਲ ਅਸੀਂ ਉਹ ਵੀ ਦਿਖਾਵਾਂਗੇ। ਅਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਹੋਰ ਕਾਂਗਰਸ ਤੋਂ ਬਿਨਾਂ, ਕਾਂਗਰਸ ਦਾ ਤਾਂ ਰੋਲ ਸਾਡੇ ਸਾਹਮਣੇ ਸਪਸ਼ਟ ਹੋ ਗਿਆ, ਉਹਨਾਂ ਦਾ ਕੀ ਵਿਹਾਰ ਸੀ, ਉਹਨਾਂ ਦਾ ਕੀ ਇਹਦੇ 'ਚ ਲੈਣ ਦੇਣ ਕੀ ਸੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ, ਉਹਨਾਂ ਬਾਰੇ ਵੀ ਅਸੀਂ ਗੱਲਬਾਤ ਸਹੀ ਤਰੀਕੇ ਨਾਲ ਸ਼ੂਟ ਕਰਕੇ ਜਿਵੇਂ ਵੀ ਸਾਡਾ ਬਣਿਆ ਮੌਕਾ, ਤਾਂ ਉਹ ਬੜੀ ਦਿਲਚਸਪ ਹੈ, ਉਹਦੇ ਤੋਂ ਬਿਨਾਂ ਗੱਲ ਪੂਰੀ ਨਹੀਂ ਹੁੰਦੀ ਹੈਗੀ, ਕਿਉਂਕਿ ਐਡੀ ਵੱਡੀ ਘਟਨਾ ਹੁੰਦੀ ਹੈ, ਐਡਾ ਵੱਡਾ ਘੱਲੂਘਾਰਾ ਹੁੰਦਾ, ਇੰਨੇ ਸਿੰਘ ਸ਼ਹੀਦ ਹੁੰਦੇ ਨੇ, ਭਾਰਤੀ ਫੌਜੀ ਇੰਨੀ ਵੱਡੀ ਗਿਣਤੀ 'ਚ ਮਾਰੇ ਜਾਂਦੇ ਨੇ, ਤਾਂ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਉਹ ਗੱਲ ਦੇ ਵਿੱਚ ਦੇਖੋ ਇਹ ਘਮਾਸਾਨ ਜੰਗ ਸੀ, ਇੰਨੀ ਉੱਥੇ 6 ਦਿਨ ਲਗਾਤਾਰ ਗੋਲੀ ਚੱਲੀ, ਟੈਂਕਾਂ ਦੇ ਗੋਲੇ ਚੱਲੇ, ਅਤੇ ਉਹਦੇ 'ਚ ਜੇ ਅਸੀਂ ਉਹ ਪੱਖ ਜਾਂ ਉਹ ਪਾਸਾ ਨਹੀਂ ਦਿਖਾਵਾਂਗੇ ਤਾਂ ਇਹ ਪੂਰਾ ਨਹੀਂ ਹੁੰਦਾ ਹੈਗਾ, ਨਾ ਇਨਸਾਫੀ ਵੀ ਹੋਊਗੀ ਸਾਰੇ ਸਾਰੀ ਪੇਸ਼ਕਾਰੀ ਦੇ ਨਾਲ, ਸਾਰੇ ਘਟਨਾਕ੍ਰਮ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਦੇ ਨਾਲ। ਸੋ ਉਹ ਮੈਂ ਨਹੀਂ ਚਾਹੁੰਦਾ ਕਿ ਉਹ ਨਾ ਇਨਸਾਫੀ ਹੋਵੇ, ਉਹਨੂੰ ਵੀ ਅਸੀਂ
तरीके दे नाल असीं तुहाडे सामने रखीए। दरबार साहब ते हमले तो कुछ दिन पहला तक मई दे महीने दे विच केंद्र सरकार नाल वख-वख धिरां दीआं अकाली धिरां दीआं वी मीटिंग्स होंदीआं ने, उन्हां मीटिंग्स की आउटपुट की निकली है ते उत्थे की गल्लां बातां होईआं वो रैकड दे विच ने, ते उहनूं मैं कहना कि जे पेश किया जाऊगा तो चंगी गल होगी। सो इस तरीके नाल असीं उहनूं नाल नाल रखना चाहुंदे आ। तो हुण गल है कि असीं इस नूं एडिट हो गया, सारा कुछ हो गया, चंगी गल ये हुई कि रॉयल कोका फिल्म इंटरनेशनल फिल्म फैसटिवल है उहदे च इस नूं बेस्ट टीवी सीरीज़ का अवार्ड मिलिया एट द ऑक्यूपाइड मी नूं, वह साडे लई बहुत माण वाली बहुत वड्डी ते खुशी वाली गल है, ते साडे लई नहीं पूरे सिखां दे लई पूरी कौम दे लई माण वाली गल है। तो उत्थे असी तो जा नहीं सके लागोस दे विच नाइजीरिया दे विच जिथे फिल्म फैसटिवल होया, तो जिन्होंने इहदा समराइज किया होया जिहड़ा एडिशन आ वह देखिया उत्थे टीवी सीरीज दा, तां वह काफ़ी मतलब उन्होंने हैरानी हुई कि सानू पंजाब दे विच सिखां दे नाल ये सारा कुछ होया कि सानू पता नहीं हैगा इहदे बारे, सानू पहली बार पता लग्या। ਤਾਂ ਇੱਥੇ ਅਮਰੀਕਾ ਵਿੱਚ ਵੀ ਕੁਛ ਕਾਂਗਰਸਮੈਨ ਨੂੰ ਅਤੇ ਸੈਨੇਟ ਮੈਂਬਰਸ ਨੂੰ ਅਸੀਂ ਦਿਖਾਇਆ ਇਹ, ਉਹਨਾਂ ਨੇ ਵੀ ਇਸ ਦੀ ਕਾਫੀ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਸਾਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ, ਅਤੇ ਉਹਨਾਂ ਨੇ ਸਾਨੂੰ ਵਧਾਈ ਦਿੱਤੀ ਕਿ ਤੁਸੀਂ 38 ਸਾਲਾਂ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਅਤੇ ਤੁਸੀਂ ਅੱਗੇ ਲੈ ਕੇ ਆਇਓ, ਤੁਸੀਂ ਵਧਾਈ ਦੇ ਪਾਤਰ ਹੋ। ਸੋ ਇਹਨਾਂ ਚੀਜ਼ਾਂ ਤੋਂ ਉਤਸ਼ਾਹਿਤ ਹੋ ਕੇ ਜਦੋਂ ਅਸੀਂ यूनैसको सेंटर फॉर पीस के तक पहुँच की थी, क्योंकि उन्होंने को एक एक बजट है तो एक उन्होंने है फॉरमैट है, उन्होंने प्रोग्रामिंग इदा दी करते हैं वह कि अलग अलग मुल्कों के जिथे कि एजुकेशन के फील्ड के होर जे अंडर प्रिविलेज लोग ने उन्होंने लिए कम करती है वो संस्था जी है, उन्होंने एक खेत्र है विजुअल मीडिया का भी है। सो वह जो मैं पता लग्या तो उसके तहत मैं उन्होंने को भेजा ये सीरीज़, उन्होंने दिखाया, मैं उन्होंने नाल मीटिंग रखी, उत्थे साड़ी स्क्रीनिंग हुई उन्होंने यूनैसको पीस फॉर सेंटर के मैंबरस के नाल, उन्होंने देखा उत्थे वह तो उन्होंने जेडे बहुत सारे बंदे सी कुछ निरसंदेह क्योंकि इंटरनेशनल संस्था हैगी है, मैं उन्हों का नाम नहीं लवागा, कुछ एशियन भी बंदे सी उहदे जिहड़े साडी भाषा नूं साडे कल्चर नूं साडी साडे मज़हब नूं समझदे ने चंगी तरह, तो वो तुसीं आइडिया लाना कि कित्थों होणगे बंदे हो।